हॉस्पिटल को आके जी ब्लाइंड टेस्ट अगेंस्ट रेस है वो पार्टिसिपेट करना और साड़ी चीफ गैसट भाजी ने मैडम ने और सानू साडे फिल्मी लाइन तो मैडम गुरविंदर मैनू बुलाया तो बड़ी खुशी हुई इतने पहुँच के इन्हों का हौसला देख के सारे बच्चों का और सची जो मैं आया मैं पता नहीं सीगा जो मैं एंटर होया ना मैं सब तो पहले मैं डॉक्टर नू या किसी और नू नहीं मिला मैंने कि भी मेरे फैन दे ने और मैं वेट किया हाथ हिलाया तो मैंने फिर रिस्पॉन्स ना मिला मैं बड़ा परेशान जहा है मैं है मैं पहचानते नहीं है पर जो मैं पता लग गया कि ब्लाइंड बच्चे ने कि उन्होंने की देखना सी सानू पर फिर भी इन्ने उत्साह उसे पहुंचे ने साडे कोल एक बार जोरदार तारियां नाल उन्होंने स्वागत करो हॉस्पिटल और जेपीआई हॉस्पिटल वालों एक कार्य आरंभिया गया परमात्मा अगे अरदास करते हैं कि आई डोनेशन वाला जो काम है ये लाइना ला के इन्हां दी रजिस्ट्रेशन हो गई और जो लोग इस इंतजार च ने कि शायद सानू भी कोई आशा की किरण सानू होप की नज़र सानू मिले तो जरूर मिलेगी तो एक बार परमात्मा की अरदास करता एक कार सिरे चढ़े और लिफ्ट चढ़े बहुत बहुत धन्यवाद थैंक यू वेरी मच प्रशासनिक अधिकारियों को जो भाई जी अज की पां किलोमीटर की वाक जी मोहाली विखे स्टार्ट की गई है जिस मोहाली के डीसी साहब भी पहुंचे हुए हैं सारे बच्चे इन्होंने आई डोनेशन करनी
हाँ जी प्रधान जी। हाँ जी अज असं आए हैं मोहाली इतने। हाँ अज इतने आई एडमिशन वास्ते इसकी 5 किलोमीटर की वाट हो रही है। हाँ जी मोहाली के आई जी साहब दस दो मैडम IAS मैडम आई डी सी साहब इतों के जसविंदर भल्ला जी इन्होंने आके इन्हों की शुरुआत की है। डी आई जी साहब भी आए ने नाल हर एक इधर साढ़े नाल ही ने और नाल तुरे आ रहे हैं। हाँ जी अज तक का मौसम बड़ा वधिया मोहाली का वैसे सारे मौसम वधिया देखो है ना बदल छाए हुए हैं पिछले लंबी लाइन लगी हुई है पिछले बच्चे आ रहे हैं और तो हर पिछले बच्चे आ रहे हैं स्पेशल आ रहे हैं रिक्वेस्ट कर चुका डॉक्टर साहबान ने मैं उन्होंने दिल दी गहराइया तो बधाई दी बहुत अच्छी अवेयरनैस कैंपेन लॉन्च हुई है आई डोनेशन की।
ਤੇ ਸਾਡੀ ਆਉਣ ਵਾਲੀਆਂ ਨਸਲਾਂ ਵਾਸਤੇ ਔਰ ਸਾਡੇ ਸਮਾਜ ਵਾਸਤੇ ਮੈਂ ਕਹੂੰਗਾ ਇੱਕ ਤੋਹਫਾ ਹੀ ਹੈ ਕਿ ਅੱਜ ਅਸੀਂ ਮਹਿਸੂਸ ਕੀਤਾ ਜਿਵੇਂ ਬਲਾਈਂਡ ਬੱਚੇ ਉੱਥੇ ਗਾਣਾ ਗਾ ਰਹੇ ਸੀ ਅਰਦਾਸ ਕਰ ਰਹੇ ਸੀ ਪਰਮਾਤਮਾ ਨੂੰ ਅਤੇ ਕਿੰਨੀ ਵੱਡੀ ਗੱਲ ਤੋਂ ਵਾਂਝਾ ਰੱਖਿਆ ਗਿਆ ਅਰਦਾਸ ਕੀਤੀ ਹੈ ਅਤੇ ਉਹਨਾਂ ਨੂੰ ਦੁਬਾਰਾ ਜਿਵੇਂ ਆਮ ਲੋਕ ਦੇਖਦੇ ਆ ਦੇਖਣ ਦਾ ਮੌਕਾ ਇਸੇ ਤਰ੍ਹਾਂ ਮਿਲ ਸਕਦਾ ਕਿ ਆਪਾਂ ਅਰਦਾਸ ਕਰਦਾ ਔਰ ਅਪੀਲ ਕਰਦਾ ਸਭ ਨੂੰ ਕਿ ਆਪਾਂ ਇਸ ਸਾਂਝੇ ਉਦਮ ਸਦਕਾ ਅੱਜ ਇੱਕ ਰੇਸ ਅਗੇਂਸਟ ਬਲਾਈਂਡਨੈਸ ਸ਼ੁਰੂ ਕੀਤੀ ਗਈ ਹੈ ਜਿਸ ਦਾ ਉਦਘਾਟਨ ਅੱਜ ਸਵੇਰੇ ਉੱਥੇ ਹੋਇਆ ਜਿੱਥੇ ਸਾਡੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਭੁੱਲਰ ਜੀ IPS ਔਰ ਸਾਡੇ IG ਔਰ ਮੈਡਮ ਸਾਡੇ ਜਿਹੜੇ DC ਨੇ ਮੋਹਾਲੀ ਦੇ ਆਸ਼ਿਕਾ ਜੈਨ ਜੀ ਉਹ ਪਹੁੰਚੇ ਸੀ ਔਰ ਨਾਲ ਮਾਈਸੈਲਫ ਜਸਵਿੰਦਰ ਭੱਲਾ ਔਰ ਸਾਡੇ ਕੋ ਆਰਟਿਸਟ ਸਾਡੇ ਫਿਲਮਾਂ ਦੇ ਗੁਰਵਿੰਦਰ ਕੌਰ ਉਹ ਵੀ ਪਹੁੰਚੇ ਸੀ ਸੋ ਮੈਂ ਡਾਕਟਰ ਸਾਹਿਬ ਦਾ ਬਹੁਤ ਮਸ਼ਹੂਰ ਹਾਂ ਕਿ ਉਹਨਾਂ ਨੇ ਸਾਨੂੰ ਇਸ ਨੋਵਲ ਕੌਜ਼ ਲਈ ਇੱਥੇ ਬੁਲਾਇਆ ਬਹੁਤ ਅੱਛਾ ਕੰਮ ਹੈ ਜਿਹੜਾ ਆਪਣੇ ਜਿਉਂਦੇ ਜੀ ਅਸੀਂ ਆਪਣੇ ਦਸਤਖਤ ਕਰਕੇ ਆਪਣੀ ਬੋਡੀ ਦਾ ਪਾਰਟ ਅੱਖਾਂ ਉਹ ਆਪਣੀਆਂ ਦਾਨ ਕਰ ਸਕਦੇ ਹਾਂ ਆਪਣੀ ਬੋਡੀ ਦਾਨ ਕਰ ਸਕਦੇ ਹਾਂ ਤਾਂ ਕਿ ਸਾਡੀ ਪਿਛਲੀ ਜਨਰੇਸ਼ਨ ਜਿਹੜੀ ਸੋਚ ਵੱਲੋਂ ਹੈਂਡੀਕੈਪ ਨਹੀਂ ਹੈ ਕੁਦਰਤ ਵੱਲੋਂ ਹੈਂਡੀਕੈਪ ਦਾ ਫਿਜ਼ੀਕਲੀ ਚੈਲੇਂਜ ਨੇ ਉਹ ਆਪਣੇ ਆਉਣ ਵਾਲੇ ਜੀਵਨ ਦੇ ਵਿੱਚ ਉਹਨਾਂ ਨੂੰ ਕੋਈ ਆਸ਼ਾ ਦੀ ਕਿਰਨ ਦੇ ਕੇ ਉਹਨਾਂ ਦੀ ਨਿਗਾਹ ਵਾਪਸ ਆ ਸਕੇ ਸੋ ਇਸ ਕੰਮ ਲਈ ਮੈਂ ਆਪਣੇ ਸਾਰੇ ਮੋਹਾਲੀ ਵਾਸੀਆਂ ਨੂੰ ਔਰ ਸਾਰੇ ਜਿੰਨੇ ਇੱਥੇ ਇਕੱਠੇ ਹੋਏ ਨੇ ਇਹ ਬੇਨਤੀ ਕਰੂੰਗਾ ਕਿ ਆਈ ਕਮਿਸ਼ਨ ਲਈ ਫੋਰਮ ਭਰ ਕੇ ਜਾਇਓ ਔਰ ਮਰਨ ਤੋਂ ਬਾਅਦ ਅਗਰ ਅਸੀਂ ਇਹ ਦਾਨ ਕਰਕੇ ਜਾਵਾਂਗੇ ਤਾਂ ਹੋ ਸਕਦਾ ਆਪਣੀ ਜਾਨ ਤੋਂ ਬਾਅਦ ਅਸੀਂ ਇਸ ਦੁਨੀਆ ਨੂੰ ਵੀ ਦੇਖ ਸਕੀਏ ਸੋ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰੂੰਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਜ ਅਸੀਂ ਮੋਹਾਲੀ ਵਿਖੇ ਪਹੁੰਚੇ ਹੋਏ ਹਾਂ ਜਦੋਂ ਅੱਜ 5 ਕਿਲੋਮੀਟਰ ਦੀ ਵਾਕ ਕੀਤੀ ਸੀ ਵਾਕ ਬਹੁਤ ਤੇਜ਼ ਸੀ ਫਾਸਟ ਸੀ ਅਸੀਂ ਥੋੜ੍ਹੇ ਮਿੰਟਾਂ ਦੀ ਪੂਰੀ ਕਰ ਲਈਏ ਅੱਜ ਸਾਡੇ ਨਾਲ ਹਰਜੀਤ ਸਿੰਘ ਸਰਦਾਰ ਹਰਜੀਤ ਸਿੰਘ ਜੀ ਥੋੜ੍ਹੇ ਆਜੋ ਜੀ ਕੈਮਰਾਮੈਨ ਨੂੰ ਬੇਨਤੀ ਥੋੜ੍ਹੀ ਨੇੜੇ ਆ ਲੱਗਿਆ ਥੋੜ੍ਹਾ ਜਿਹਾ ਹਾਂਜੀ ਜਿਹੜੇ ਮੈਰਾਥਨ ਵਿੱਚ ਇਹਨਾਂ ਨੇ ਕਈ ਵਾਰ ਪਾਰਟੀਸਪੇਟ ਕੀਤਾ ਇਹ 42 ਕਿਲੋਮੀਟਰ ਦੀ ਕੈਟਾਗਰੀ ਵਿੱਚ ਦੋ ਘੰਟੇ ਹਾਫ ਮੈਰਾਥੋਨ ਉਸ ਤੋਂ ਬਾਅਦ ਜੁਲਾਈ ਚ ਹੈ ਜੀ ਤੇ ਉਹਦੀ ਤਰੀਕ ਤਾਂ ਮੈਨੂੰ ਯਾਦ ਨੀ ਵੈਸੇ ਉਹਦੀ ਰਜਿਸਟ੍ਰੇਸ਼ਨ ਹੋ ਰਹੀ ਹੈ 16 ਤਰੀਕ ਤੇ ਉਹ ਚ 5 ਕਿਲੋਮੀਟਰ 10 ਕਿਲੋਮੀਟਰ ਤੇ ਹਾਫ ਮੈਰਾਥੋਨ 21 ਕਿਲੋਮੀਟਰ ਅਸੀਂ ਵੀ ਉੱਥੇ ਪਾਰਟੀਸਪੇਟ ਹਾਂਜੀ ਤੁਸੀਂ ਕਰੋ ਜੀ ਤੇ ਆਪਣਾ ਲਾਸਟ ਡੇਟ ਤੋਂ ਪਹਿਲਾਂ 16 ਤਰੀਕ ਲਾਸਟ ਡੇਟ ਰਜਿਸਟ੍ਰੇਸ਼ਨ ਕਰਾਓ ਸਾਰੇ ਬਾਅਦ ਚੜ੍ਹ ਕੇ ਆਓ ਤੇ ਆਪਣਾ ਕਰੋ ਡਾਕਟਰ ਸਾਹਿਬਾਨ ਨੂੰ ਇਹਦਾ ਕਦਮ ਚੁੱਕਣਾ ਚਾਹੀਦਾ ਕਿਉਂਕਿ ਮਨੁੱਖਤਾ ਦੇ ਭਲੇ ਵਾਸਤੇ ਜੀ ਜਿਨ੍ਹਾਂ ਦੀ ਅੱਖਾਂ ਨਹੀਂ ਉਹਨਾਂ ਨੂੰ ਅੱਖਾਂ ਮਿਲ ਸਕਣ ਸਾਡੀਆਂ ਅੱਖਾਂ ਅਸੀਂ ਮਰਨਾ ਸਾਰਿਆਂ ਨੇ ਹੈਗਾ ਹੀ ਹੈ ਜੀ ਉਹ ਅੱਖਾਂ ਜੇ ਡੋਨੇਟ ਹੋ ਜਾਣ ਤਾਂ ਮਨੁੱਖਤਾ ਦੇ ਭਲੇ ਵਾਸਤੇ ਕੰਮ ਆ ਸਕਦੀਆਂ ਨੇ ਜੀ ਅਤੇ ਜਿਹੜਾ ਤੁਸੀਂ ਉਪਰਾਲਾ ਕੀਤਾ ਇਹਦੇ ਤੁਸੀਂ ਮਤਲਬ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਇਹ ਸਾਡੇ GPI ਹੋਸਪਿਟਲ ਵੱਲੋਂ
जिहड़ा कि डॉक्टर अग्रवाल आई होस्पिटल दे नाल पार्टिसिपेट करके असी के एक हिम्मत की है और फस्ट टाइम किया है आई डोनेशन वास्ते एक कंपेन है टू क्रिएट अवेयरनैस कि जेडे पब्लिक दे विच अवेयरनैस होवे कि लोग फॉर्म तो भर देंगे है कहते भी जरूर है पर जी एक्चुअल डोनेशन है बहुत घट होंगी साढ़े इंडिया के ब्लाइंडनैस बहुत ज़्यादा है और एक अख दे नाल साढ़े किन्ने बंदे फायदेमंद होंगे है एक अख नाल दो बंदे एक बंदे दी दो अखां दे नाल चार बंदे का मतलब है कि अठ बंदे एक एक ब्लाइंड बंदे दे नाल एक बंदा नाल होर चाहिए सो साढ़े अठ बंदियां दी जिहड़ी है मैन पावर वो लॉस होंगी है साड़ी प्रोडक्शन लॉस होंगी है साढ़े कंट्री का लॉस होंदा है सो ये एक चीज़ एक बड़ी अच्छी सोच है और जिन्होंने अखां नहीं देख सकते उन्होंने बारे तुम सोच के देखो एक घंटे वास्ते दो घंटे वास्ते अपने अख बंद करके देखो तुम दुनिया के रंग नहीं नज़र आते पब्लिक सारा जोड़ा है किसी नाल कॉन्टैक्ट नहीं रहा अपनी जिंदगी मोहताज होकर रह जाते अपने आप अरेस्टिड फील करते हो सो क्यों ना असी उन्होंने वास्ते कुछ ऐसा काम करिए कि जेडे उन्होंने बंद सेवा कर सके उन्होंने बंद कि उन्होंने देखने जी नहीं करता नहीं उन्होंने सब का जी करता है पर यह परमात्मा वालों हर बंदे ने कोई ना कोई अंगहीन होंदा कोई किस्सा है पर जो अखां दा जिहड़ा हैगा दान है सब तो वड्डा दान है अखां दा जिहड़ा रोशनी अखां बंद करना यह सब तो वड्डा लॉस है सो मैं यही अपील करदा तुहाडे माध्यम राही कि तुसीं प्लीज़ वड्डा तो वड्डा ये फैलाओ मैं जिहड़ा हैगा यह वाला साडा जिहड़ा मैसेज है और ताकि वध तो वध लोकी सानूं डोनेशन दे सकन शुक्रिया जी डॉक्टर साहब दंद गए स्वाद गए अखां गईयां जरूरी ने जी बहुत बहुत थोड़ा बहुत धन्यवाद है जी कर रहे हो बहुत उपकार है जारी रखियो जी इस कैंपेन करांगे साल करांगे 6 महीने बाद साल बाद करांगे और असि चाहवांगे कि डोनेशन जरूर जी जरूर हो हां जी हां जी सर ओदा मेन कल शाम नु पता लग गया सी सानू इस करके भणी साहब तो स्पेशल असि पार्टिसिपेट कर लिए पहुंचे इथे सारेयां दा बहुत 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 शुक्रिया जी ਤੁਹਾਡਾ ਤੁਸੀਂ ਆਏ ਹੋ ਮਤਲਬ ਕਿ ਲਿਟਰਲੀ ਕਿ ਇੱਕ ਬਹੁਤ ਵੱਡਾ ਹੈ ਹਾਂ ਜੀ ਇਸ ਛੋਟਾ ਨਹੀਂ ਹੈਗਾ ਜੀ ਬਹੁਤ ਵੱਡਾ ਹੀ ਕਰਾਓ ਵੱਡਾ ਹੀ ਕਰਾਓ ਲੋਕਾਂ ਨੂੰ ਸਭ ਪਤਾ ਲੱਗੇ ਹਾਂ ਜੀ ਕਿ ਜੀ ਅਸੰਭਲ ਲੱਗੇ ਇਟ ਲਿਟਰਲੀ ਸਾਡੀ ਬਾਹ ਨੂੰ ਸੱਟ ਲੱਗ ਜਵੇ ਨਾ ਅਸੀਂ ਕਹਿੰਦੇ ਤੁਹਾਨੂੰ ਨਹੀਂ ਪਤਾ ਮੇਰੀ ਤਕਲੀਫ ਹੋਈ ਸੀ ਹਾਂ ਜੀ तकलीफ अपनी तकलीफ सब वड्डी लगती है दूजे की तकलीफ नहीं पता लगती अपनी अखा दो मिनट बाद कर खड़े होकर चल जाओ पता लग जाए जी जिस तुम लागे सो तुम जाने और फिर जाना अपनी डायलॉग थोड़े पेश किए बड़े खुश हुए बहुत वधिया लगे जी बहुत वधिया लगे हाँ जी प्रधान जी हाँ नाल हरजीत सिंह जी एथलीट अपने नाल ने लो जी
ਹੁਣ ਲੰਗਰ ਦੀ ਤਿਆਰੀ ਆ ਵਾਕ ਕਰ ਲਈ ਭੁੱਖ ਬਹੁਤ ਲੱਗ ਗਈ ਕੋਈ ਗੱਲ ਨਹੀਂ ਹਾਂ ਸਤਿਗੁਰ ਦਾ ਘਰ ਆ ਬੰਦਾ ਕਦੇ ਭੁੱਖਾ ਨਹੀਂ ਰਹਿੰਦਾ ਇੱਥੇ ਹਾਂਜੀ ਸਮਝ ਮੇਰੀ ਗੱਲ ਸਹੀ ਗੱਲ ਹੈ ਇਹਨੂੰ ਇਹ ਇੱਥੇ ਹੁਣ ਇਸ ਵੇਲੇ ਹੁਣ ਲੰਗਰ ਬਿਲਕੁਲ ਤਿਆਰ ਆ ਤੇ ਵਾਕ ਬਹੁਤ ਤੇਜ਼ ਕੀਤੀ ਹੈ ਹਾਂ ਠੀਕ ਹੈ ਜੀ ਬਿਲਕੁਲ ਜਿੱਥੇ ਲੋਕੇਸ਼ਨ ਦਾ ਤੇ ਵੇਰਵਾ ਪਾ ਦਿਓ ਪ੍ਰਧਾਨ ਜੀ ਜੀ ਆਪਾਂ ਮੋਹਾਲੀ ਜਿਹੜੇ ਸੈਕਟਰ 7 ਹੈ ਉੱਥੇ ਆਏ ਹੋਏ ਆ ਜਿੱਥੇ ਆਪਣੀ ਜਿਹੜੀ ਵਾਕ ਸੀ ਗ੍ਰੈਂਡ ਵਾਕ ਸੀ ਆਪਣੀ ਉਹਦੇ ਵਿੱਚ ਘੱਟ ਤੋਂ ਘੱਟ ਵੀ 700 ਬੱਚਿਆਂ ਨੇ ਫੋਟੋ ਘੱਟ ਸ਼ੂਟ ਕੀਤਾ ਉਹਦੇ ਵਿੱਚ ਸਾਡੇ ਨਾਲ ਹਰਜੀਤ ਸਿੰਘ ਜੀ ਸਾਡੇ ਨਾਲ ਮੈਰਾਥਨ ਦੌੜਦੇ ਨੇ 21 ਕਿਲੋਮੀਟਰ ਦੀ ਦੌੜਦੇ ਨੇ ਹਾਫ ਮੈਰਾਥਨ ਉਹ ਵੀ ਸਾਡੇ ਨਾਲ ਅੱਜ ਹੀ ਸਾਡੇ ਨਾਲ ਹੀ ਸੀ ਇਹਨਾਂ ਦੇ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਲੱਗਿਆ ਲੇਕਿਨ ਬਾਅਦ ਪਤਾ ਲੱਗਿਆ ਵੀ ਇਹਨਾਂ ਨੇ ਦੌੜ ਕੀਤੀ ਹੈ ਕਿ ਹਾਫ ਮੈਰਾਥਨ ਦੌੜ ਕੀਤੀ ਹੈਗੀ ਇਹਨਾਂ ਨੇ ਅਤੇ ਬਹੁਤ ਸਾਨੂੰ ਮਤਲਬ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ ਠੀਕ ਹੈ ਪਹਿਲੀ ਵਾਰੀ ਸਾਡੇ ਇੱਥੇ ਨਾਲ ਤੁਸੀਂ ਇਕੱਠੇ ਹੋਏ ਹੋ ਤੁਸੀਂ ਹਾਂਜੀ ਮਹਾਰਾਜ ਤੁਹਾਨੂੰ ਨਾਲ ਹੀ ਰੱਖਣਾ ਆਪਾਂ ਵੀ ਬਣਾਉਂਦੇ ਸਰ ਮੈਨੂੰ ਮਾਸਟਰ ਬਣਾਉਂਦੇ ਆ ਦੇਖੋ ਅੱਛਾ ਅੱਛਾ ਬੜਾ ਚੋੜਾ ਮਾਸਟਰ ਅੱਛਾ ਅੱਛਾ ਮੇਰੀ ਨਾ ਸਾਈਕਲਿੰਗ 'ਚ ਵੀ ਸਰ ਕੱਲ੍ਹ ਦੀ ਗੱਲ ਆ ਦੇਖੋ ਚੰਡੀਗੜ੍ਹ ਕਰਾਈ ਸੀ ਸਾਈਕਲਿੰਗ ਤੇ ਰਨਿੰਗ ਜ਼ਰੂਰੀ ਆ ਤੁਸੀਂ ਰੱਖੋ ਇਵੈਂਟ ਕਰਾਓ ਤੁਸੀਂ ਐਂ ਕਰੋ ਜਦੋਂ ਸਾਈਕਲਿੰਗ ਹੋਈ ਨਾ ਤੇ ਸਾਨੂੰ ਜ਼ਰੂਰ ਦੱਸ ਦਿਓ ਸਰ ਮੈਂ ਤੁਹਾਨੂੰ ਬੁਲਾ ਵੀ ਲਊਂਗਾ ਤੁਸੀਂ ਆਪਣੇ ਲੈਵਲ ਤੇ ਕਰਵਾਓ ਤਾਂ ਕਿ ਤੁਸੀਂ ਆਪਣੇ ਲੈਵਲ ਤੇ ਰਨਿੰਗ ਕਰਾਓ ਸਾਈਕਲਿੰਗ ਕਰਾਓ ਠੀਕ ਹੈ ਤੇ ਬਾਕੀ ਆਪਾਂ ਤੁਹਾਡੇ ਨਾਲ ਆ ਸਰ ਵੀ ਇਹ ਮੁੰਡੇ ਨੇ ਸਾਈਕਲ ਨਵਾਂ ਲਿਆ ਸਪੈਸ਼ਲ ਆਨਲਾਈਨ ਮਤਲਬ ਹੁਣ ਇਹ ਕਹਿੰਦਾ ਮੈਂ ਸਾਈਕਲਿੰਗ ਜ਼ਰੂਰ ਕਰਨੀ ਹੈ ਮੈਂ ਨਾ ਜੀ ਇਹ ਗਰੁੱਪ ਜਿਹੜਾ ਇਹਨਾਂ ਦਾ ਸਾਈਕਲਿੰਗ ਵਾਲਾ ਸਟਾਰਟ ਮੈਂ ਹੀ ਕਰਵਾਇਆ ਇਹ ਪਹਿਲਾਂ ਮੈਂ ਜਾਂਦਾ ਰਿਹਾ ਜੀ ਫਿਰ ਦੂਜਾ ਤੀਜੇ ਪ੍ਰਧਾਨ ਜੀ ਮੁੜ ਕੇ ਸਾਨੂੰ ਛੱਡ ਗਏ ਹੁਣ ਇਹ ਉਹਨਾਂ ਨੇ 10-15 ਦੂਜੇ ਗਰੁੱਪ ਵਾਲੇ ਕਰ ਲਏ ਨੇ ਮਤਲਬ ਗਰੁੱਪ ਤਾਂ ਚਲੋ ਆਪਣੇ ਹੀ ਪਰ ਇਹ ਵੀ ਮੈਨੂੰ ਭੁੱਲ ਗਏ ਮੁੜ ਕੇ ਹੁਣ ਦੁਬਾਰੇ ਰੀਜੁਆਇਨ ਕੀਤਾ ਜੀ ਹੁੰਦੇ ਨਹੀਂ ਯਾਰ ਬਹਾਨਾ ਮਾਰ ਦਿੰਦੇ ਆ ਵੀ ਮੇਰਾ ਸਾਈਕਲ ਇਸ ਕੰਮ ਇਸ ਲੈਨ ਦੇ ਵਿੱਚ ਸਪੋਰਟਸ ਲੈਨ ਦੇ ਵਿੱਚ ਆਲਸ ਨਹੀਂ ਚੱਲਦੀ ਗੱਲ ਸੁਣ ਲਓ ਤੁਸੀਂ ਬਾਕੀ ਪ੍ਰਧਾਨ ਜੀ ਨੂੰ ਆਪ ਪੁੱਛੋ ਆਲਸ ਕੋਈ ਨਹੀਂਗਾ ਅਸੀਂ ਹੈਗਾ ਹਰ ਹਫਤੇ ਸਾਡੇ ਗਲ ਚ ਮੈਡਲ ਤੇ ਟਰੋਫੀ ਹੁੰਦੀ ਆ ਇਹ ਤੁਸੀਂ ਇਹਨਾਂ ਨੂੰ ਪੁੱਛੋ ਵੀ ਜਾਵੇ ਵੀ ਜਾਵੇ ਮੇਰੀ ਜਾਵੇ ਦੁਕਾਨ ਜਾਵੇ ਆਪਣੀ ਪ੍ਰੈਕਟਿਸ ਸਾਈਕਲ ਹੋਵੇ ਰਨਿੰਗ ਹੋਵੇ ਯੋਗਾ ਹੋਵੇ ਕਿਸੇ ਵਰਜਿਸ਼ ਹੋਵੇ ਵਾਹ ਹਰਜੀਤ ਭਾਈ ਨੂੰ ਦੱਸੋ ਵੀ ਇਹ ਨਹੀਂ ਛੱਡਣੀ ਪ੍ਰੈਕਟਿਸ ਨਹੀਂ ਛੱਡਣੀ ਇਹ ਬੈਡਮਿੰਟਨ ਦੇ ਵਿੱਚ ਇਹਨਾਂ ਨੇ ਪਹਿਲੀ ਪੋਜੀਸ਼ਨ ਲਈ ਆ ਰਾਮਪੁਰ ਦੇ ਵਿੱਚ ਮੈਡਲ ਜਿੱਤ ਕੇ ਜਿਹੜੀ ਟਰੋਫੀ 2 ਲੈ ਕੇ ਆਏ ਨੇ ਓਪਨ ਸੀਗਾ ਖੁੱਲ੍ਹਾ ਸੀਗਾ ਇਹਨਾਂ ਨੇ ਬੱਤੀ ਬੰਦ ਕਰਤੀ ਉਹਨਾਂ ਸਾਰੇ ਗੋਲ ਕਰਤੀ ਗੋਲ ਗੋਲ ਕਰਤਾ ਆਹ ਵੇਖੋ ਕਿੱਥੇ ਆ ਯਾਰ ਨਾ ਸਭ ਤੋਂ ਤੁਹਾਨੂੰ ਪਤਾ ਲੱਗ ਉਹ ਨਹੀਂ ਇਹਨਾਂ ਨੂੰ ਹਰਜੀਤ ਭਾਈ ਨੂੰ ਵੀ ਦਿਖਾ ਦਈਏ ਇਹ ਨਾ ਕਹਿਣ ਕਿਤੇ ਵੀ ਨਹੀਂ ਮੈਂ ਨਹੀਂ ਕਹਿੰਦਾ ਸਰ ਮੈਂ ਆਹ ਵੇਖੋ ਜੀ ਮੈਂ ਨਗਦ ਜਾ ਰਿਹਾ ਹਾਂਜੀ ਸਰ ਆਹ ਵੇਖੋ ਜੀ ਆਹ ਦੇਖੋ ਆਹ ਮੈਂ ਖੜਾ ਜੀ ਆਹ ਵੇਖੋ ਇਹ ਪਿਛਲੇ ਹਫਤੇ ਦੀ ਹੈ ਜੀ ਟਰੋਫੀ ਹਾਂ ਮਾੜੀਆਂ ਮੋਟੀਆਂ ਗੱਲਾਂ ਨਹੀਂ ਭਾਵੇਂ ਰਾਤ ਅਸੀਂ 12 ਤੱਕ ਜਾਗਦੇ ਹਾਂ ਆਹ ਵੇਖੋ ਸਰ ਸਵੇਰੇ ਔਖਾ ਹੋ ਜਾਂਦਾ ਜਦੋਂ ਤੁਸੀਂ ਮੇਰੀ ਗੱਲ ਸੁਣੋ ਜਦੋਂ ਤੁਸੀਂ ਸਰ ਗਰਾਊਂਡ ਨਾਲ ਪਿਆਰ ਪਾ ਲਿਆ ਟਰੋਫੀਆਂ ਦੀ ਕੋਈ ਕਮੀ ਨਹੀਂ ਸਰਟੀਫਿਕੇਟਾਂ ਦੀ ਕਮੀ ਚੜ੍ਹਦੀ ਕਲਾ ਚ ਸਰੀਰ ਯਾਰ ਟਰੋਫੀ ਤੇ ਤੁਸੀਂ ਆਪ ਆਪਣੇ ਆਪ ਹੀ ਟਰੋਫੀ ਹੋ ਜੇ ਤੱਕ ਚੱਲ ਕੇ ਆਣਗੇ ਸਰਟੀਫਿਕੇਟ ਚੱਲ ਕੇ ਆਣਗੇ ਮੈਡਲ ਚੱਲ ਕੇ ਆਣਗੇ ਆਪ ਆਉਣਗੇ ਆਪ ਆਉਣਗੇ ਬਿਮਾਰੀਆਂ ਦੂਰ ਜਾਣਗੀਆਂ ਮੈਡਲ ਕੋਲ ਆਉਣਗੇ ਲੰਗਰ ਪਾਣੀ ਤਿਆਰ ਆ ਤਿਆਰ ਆ ਜੀ ਖੀਰ ਆਉਣ ਲੱਗੀ ਹੈ ਹਾਂ ਮਟਰ ਮੀਟ ਤਿਆਰ ਆ ਆ ਵਿਨੇ ਜੀ ਪੂਰਾ ਆਨੰਦ ਲੈ ਰਹੇ ਭੁੱਖ ਲੱਗੀ ਪੂਰਾ ਪ੍ਰਧਾਨ ਜੀ ਨਾਲ ਹੀ ਪ੍ਰਾਪਤ ਹੋਣੇ ਭੈਣੀ ਸਾਹਿਬ ਨੂੰ ਇਹਨਾਂ ਨਾਲ ਅਗਲਾ ਪ੍ਰੋਗਰਾਮ ਲੀਕ ਲਿਆ ਆਪਾਂ ਮੈਰਾਥਨ ਦਾ ਹੁਣ ਮੈਰਾਥਨ ਜਿਹੜੀ ਹੋਗੀ ਤੁਸੀਂ ਸਾਰੇ
ਮੈਰਾਥਨ ਚ ਵੀ ਆਵਾਂਗੇ ਉਦੋਂ ਪਹਿਲਾਂ ਹੀ ਅਸੀਂ ਇੱਕ ਵਾਰੀ ਤੁਹਾਡੇ ਨਾਲ ਲੇਖ ਤੇ ਮੁਲਾਕਾਤ ਕਰ ਲੈਣੀ ਆ ਠੀਕ ਹੈ ਪ੍ਰੈਕਟਿਸ ਕਰਾਂਗੇ 5-10 ਕਿਲੋਮੀਟਰ ਦੀ ਹਾਂ ਸ਼ੁਕਰ ਲੇਖ ਤੇ ਮਿਲਾਂਗੇ ਆਪਾਂ ਜੂਰ ਜੂਰ ਚਲੋ ਠੀਕ ਆ ਜੀ ਚਲੋ ਜੀ ਆ ਇੱਥੋਂ ਹਾਂ ਯਾਰ ਮੈਪ ਤਾਂ ਵਿੱਚ ਹੀ ਲੱਗਾ ਹੋਇਆ ਯਾਰ ਮੈਪ ਦੀ ਲੋੜ ਹੀ ਨਹੀਂ ਵਿੱਚ ਮੈਪ ਲੱਗਾ ਥੋਡੀ ਕੈਟਾਗਰੀ ਦਾ ਇਹ ਕਹਿਣ ਤੋਂ ਗੱਲਬਾਤ ਆ ਅੱਛਾ ਸਾਰੀ ਸਿਰਾ ਗੱਲ ਵਾਸੇ ਤਾਂ ਲੱਤ ਤਾਂ ਥੱਲੇ ਲੱਗਦੀ ਨਹੀਂ ਸੀ ਲੱਤ ਤਾਂ ਆਟੋਮੈਟਿਕਲੀ ਉੱਪਰ ਨੂੰ ਜਾਂਦੀ ਸੀ ਉਹਦੀ ਹੈਨਾ ਆ ਵੀ ਸ਼ਾਮ ਸਿੰਘ ਜੀ ਬਹੁਤ ਵਧੀਆ ਲੱਗਾ ਜੀ ਸਵੇਰੇ ਸਵੇਰੇ ਆ ਕੇ ਸਾਰੇ ਡੀਸੀ ਤੇ ਸਾਰੇ ਜਣੇ ਇਕੱਠੇ ਹੋਏ ਸਨ ਇੱਥੇ ਤੇ ਆਈਐਸ ਮੈਡਮ ਉਹ ਵੀ ਆਏ ਸਨ ਜਿਹੜੇ ਭਗਵੰਤ ਮਾਨ ਸਾਹਿਬ ਦੇ ਪਰਸਨਲ ਅਸਿਸਟੈਂਟ ਨੇ ਅਰਸ਼ਿਤਾ ਜੈਨ ਜੀ ਹਾਂਜੀ ਸਾਰਿਆਂ ਨਾਲ ਅਸੀਂ ਵਾਕ ਕੀਤੀ ਤੇ ਬਹੁਤ ਵਧੀਆ ਇੱਕ ਸੁਨੇਹਾ ਦਿੱਤਾ ਉਹਨਾਂ ਨੇ ਸਾਨੂੰ ਸਵੇਰੇ ਉੱਠ ਕੇ ਤੇ ਤੁਸੀਂ ਵਾਕ ਕਰਨੀ ਹੈ ਮਾਰਨਿੰਗ ਵਾਕ ਜਿਹੜੀ ਕਿ 6 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ 6.5 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਅਸੀਂ ਕੀਤੀ ਡੀ ਆਈ ਜੀ ਸਾਹਿਬ ਦੇ ਨਾਲ ਡੀ ਆਈ ਜੀ ਸਾਹਿਬ ਨੂੰ ਅਸੀਂ ਦੱਸਿਆ ਭੈਣੀ ਸਾਹਿਬ ਵਾਸਤੇ ਉਹਨਾਂ ਨੇ ਆਪ ਜ਼ਿਕਰ ਕੀਤਾ ਕਹਿੰਦੇ ਤੁਹਾਡੇ ਤਾਂ ਬਹੁਤ ਸੋਹਣਾ ਹੈ ਉੱਥੇ ਸਟੇਡੀਅਮ ਬਣੇ ਹੋਏ ਨੇ ਵਿਜ਼ਿਟ ਕਰ ਚੁੱਕੇ ਹਾਂ ਕਹਿੰਦੇ ਮੈਂ ਉੱਥੇ ਵਿਜ਼ਿਟ ਕਰ ਚੁੱਕਾ ਹਾਂ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਤੇ ਸਾਡਾ ਭੈਣੀ ਸਾਹਿਬ ਦਾ ਬੈਡਮਿੰਟਨ ਹਾਲ ਕਹਿੰਦੇ ਦੇਖਿਆ ਤਰਫ ਲੱਗੀ ਹੋਈ ਦੇਖੀ ਆ ਤੇ ਬਹੁਤ ਵਧੀਆ ਕਹਿੰਦੇ ਤੁਹਾਡੇ ਉੱਥੇ ਮਾਹੌਲ ਹੈ ਬਹੁਤ ਵਧੀਆ ਹਾਂਜੀ ਪ੍ਰਧਾਨ ਸਾਹਿਬ ਤੁਹਾਡਾ ਕੀ ਵਿਚਾਰ ਨੇ ਅੱਜ ਦੇ ਸਾਡੇ ਵਿਚਾਰ ਇਹ ਆ ਵੀ ਦੇਖੋ ਜੀ ਇਹ ਲੋਕਾ ਹੁੰਦਾ ਹੈ ਹਾਂ ਕਹਿੰਦੇ ਨਾ ਅਰਲੀ ਟੂ ਬੈੱਡ ਐਂਡ ਅਰਲੀ ਟੂ ਰਾਈਜ਼ ਮੇਕਸ ਦੀ ਮੇਕਸ ਅ ਮੈਨ ਹੈਲਥੀ ਵੈਲਥੀ ਐਂਡ ਵਾਈਜ਼ ਹਾਂ